ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਗਾਵਾਂ ਤਿੰਨ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਚਾਰ ਪੰਜ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਵੱਡੇ ਛੋਟੇ ਭਰਾ ਤੁਹਾਨੂੰ ਸਾਰੀ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਠੀਕ ਠਾਕ ਚਾਹੀਦਾ ਜੀ ਅੱਜ ਮੌਸਮ ਠੰਡਾ ਕਰਾਤਾ ਜੀ ਹਾਂਜੀ ਹਾਂਜੀ ਅੱਜ ਤੇ ਕਾਫੀ ਫਰਕ ਆਇਆ ਹੁਣ ਤੇ ਨਾਮ ਦੱਸ ਦੇ ਕਰੀ ਆਪਣਾ ਜਤਿੰਦਰ ਸਿੰਘ ਹਾਂਜੀ ਤੇ ਫੋਨ ਨੰਬਰ ਬੋਲ ਦੇ ਕਰੀ ਠੀਕ ਹੈ ਤੇ ਅੱਜ ਕਰਨੀ ਪਹੁੰਚ ਵਿੱਚ काफी सोहना हवाना तैयार किया थोड़ी लाया चंगी तरह हवाना दिखा दी दे सकते जी काफी खूबसूरत हवाना है किनवा सुबह सोई जी बीजी दूसरा सूआ सूई है ते किन्ना क चिर होया इन्हें सूई अद्धा घंटा हो गया सूई नू ठीक है तोर दो एक करी फिर तोर दे एक करी हाँ दे साढ़े हवाना ये चेहरा एदा करी देख सकते जी बच्चा भी ये दाना हमने दिखा दी है ले आ जा विधि बाकी ताजी सुई है अपने कोई आके पास करके तसल्ली करके फिर खड़े जी ਉਹ ਜਿਹੜਾ ਬੱਚਾ ਜੀ ਇਹਦਾ ਬੱਚਾ ਕੀ ਆ ਗਿਆ ਵੀਰ ਜੀ ਮਗਰ ਮਗਰ ਇਹਦੇ ਕੱਟਾ ਜੀ ਅੱਛਾ ਇਸ ਤਰ੍ਹਾਂ ਥੱਲੇ ਬਹਿ ਜਾਣਾ ਹਾਂ ਦੇਖ ਸਕਦੇ ਜੀ ਪਿਛਲੇ ਸਨਾਂ ਦਾ ਚਵਾ ਦਿਖਾ ਦੇ ਵੀਰ ਜੀ ਠੀਕ ਹੈ ਜੀ ਤੇ ਕੀ ਫਿਰ ਮੁੱਲ ਰੱਖਣਾ ਵਿਧੀ ਦਾ ਦੇਖ ਲਓ ਜੋ ਜਾਇਜ਼ ਤੁਸੀਂ ਦੱਸ ਦਿਓ ਜਾਇਜ਼ਾ ਕਰ ਦਿਓ ਫਿਰ ਜਾਇਜ਼ ਉਹਦਾ 70,000 ਤੇ ਪਹੁੰਚ ਕਰਨਾ ਜੀ ਅੱਛਾ 78 ਚ ਪਹੁੰਚ ਕਰ ਦੋਗੇ ਹਾਂ ਜੀ ਤੇ ਦੁੱਧ ਕਿੰਨਾ ਚਵਾ ਜੂਗੀ ਉਹ ਤੇ ਵੀਰ ਜੀ ਪਹਿਲਾਂ ਨੇ 12-13 ਕਿਲੋ ਚਵਾਇਆ ਦੁੱਧ 13 ਕਿਲੋ ਚਵਾਏਗੀ ਬਾਕੀ ਝੋਟੀ ਨੂੰ ਤੇ ਭਲਦਾ ਲਾ ਨਹੀਂ ਬਹੁਤ ਸਾਫ ਹੈ ਠੀਕ ਹੈ ਜੀ ਸੀਐਸ ਲਾ ਕੇ ਹੁਣੇ ਬੱਚਾ ਲਾ ਕੇ ਪੈਣ ਥੱਲੇ ਪੈ ਜਾਓ ਜਵਾ ਵੀ ਜਿਹੜਾ ਸਾਫ ਹੈ ਪੂਰਾ ਹਨਾ ਬਹੁਤ ਜ਼ਿਆਦਾ ਸਾਫ ਹੈ ਠੀਕ ਹੈ ਤੇ ਹੁਣ ਦੂਸਰੇ ਨੰਬਰ ਤੇ ਆ ਦਿਖਾਈਏ ਫਿਰ ਹਾਂ ਜੀ ਚੰਗੇ ਕੱਦ ਕਾਟਤੀ ਆ ਜਿਹੜੀ ਹੈ ਵੀ ਹਾਈਟ ਇਹਦੀ ਵੀ ਜੀ ਕਾਫੀ ਉੱਚੀ ਆ ਨਾ ਕਿੰਨਵਾ ਸੂਆ ਜੀ ਇਹਦਾ ਇਹ ਦੂਜਾ ਸੂਆ ਸੂਈ ਬਾਕੀ ਚੁਈ ਹੈ ਨਹੀਂ ਅੱਛਾ ਮਾਲ ਮੂਲ ਚੋਇਆ ਹੁਣ ਤੁਹਾਨੂੰ ਪਤਾ ਹੈ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਮੌਕੇ ਤੇ 10 ਕਿਲੋ ਦੇ ਥਲੇ 10 ਲੀਟਰ ਹੈਗਾ ਪੱਕਾ ਦੁੱਧ ਆ ਕੇ ਤਸੱਲੀ ਕਰਾ ਦਾਂਗੇ ਬਾਕੀ ਪਹਾੜਾ ਪਾ ਕੇ ਪਸਮ ਕੇ ਮਿਲਦੀ ਬੱਚਾ ਮਦਰ ਚੁੰਦੀ ਜੀ ਅੱਛਾ ਬੱਚੇ ਦੇ ਨਹੀਂ ਪਸਮ ਦੀ ਪਹਾੜੇ ਤੇ ਪਸਮ ਦੀ ਬੱਚਾ ਮਦਰ ਚੁੰਦੀ ਠੀਕ ਹੈ ਜੀ ਤੇ ਖੋਲਦੇ ਫਿਰ ਤੋਰਦੀ ਇਹਦੇ ਵੀ ਪਹੁੰਚ ਦੱਸ ਹੀ ਦੋ ਕਿੰਨੇ ਚ ਕਰ ਦੇਣੀ ਜੀ ਇਹਦੀ 65,000 ਚ ਪਹੁੰਚ ਕਰਾਂਗੇ ਅੱਛਾ 65,000 ਚ ਪਹੁੰਚ ਕਰ ਦੋਗੇ ਤੇ ਦੁੱਧ ਮੌਕੇ ਤੇ 10 ਲੀਟਰ ਚਵਾ ਕੇ ਦੋਗੇ ਸਾਈ ਵਾਲੇ ਦੋ ਦੇ ਦੇਣਾਂਗੇ ਜੋ ਤਸੱਲੀ ਕਰਦੇ ਕਰੇ ਠੀਕ ਹੈ ਭੂਲ ਛੱਟਾ ਨਾ ਆਏਗਾ ਵਾਰ ਘਾਟ ਨਾ ਹੋਏਗੀ ਬਾਕੀ ਜਿਸ ਤਰ੍ਹਾਂ ਕਿ ਵੀਰ ਜੀ ਹੁਣੇ ਕਹਿਣ ਦਿਆ ਕਿ ਇੱਥੇ ਆ ਕੇ ਤਸੱਲੀ ਕਰਕੇ ਖੜੋ ਤੇ ਜ਼ਿੰਮੇਵਾਰੀ ਵੀ ਤੁਹਾਡੀ ਵੀ ਬਣਦੀ ਕਿ ਇੱਥੇ ਆ ਕੇ ਤਸੱਲੀ ਕਰਕੇ ਖੜਨ ਦੀ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਹਾਂ ਦੇਖ ਸਾਡੇ ਹਵਾਨਾ ਇਹਦਾ ਥੱਲੇ ਬਾਕੀ ਦੁੱਧ ਜਿਹੜਾ ਮੌਕੇ ਤੇ 10 ਲੀਟਰ ਦੱਸਦੇ ਆ ਤੇ ਇੱਥੇ ਆ ਕੇ ਤਸੱਲੀ ਕਰਕੇ ਖੜਾ ਕੱਟੀ ਜਿਹੜੀ ਤੁਹਾਨੂੰ ਦਿਖਾ ਦਈਏ ਆਪਾਂ ਆਹ ਕੱਟੀ ਆ ਜਿਹੜੀ ਇਹਦੀ ਬੰਦੇ ਵੀ ਦਿਨ ਫਿਰ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਕਾਫੀ ਚੰਗਾ ਹੈ ਅੱਜ ਥੋੜਾ ਬੱਦਲ ਜੇ ਕਾਫੀ ਹੋਏ ਆ ਉਹਦੇ ਕਰਕੇ ਥੋੜਾ ਹਨੇਰਾ ਹਨੇਰਾ ਜਿਹਾ ਲੱਗਦਾ ਆਹ ਦੇ ਸਾਡੇ ਕਾਫੀ ਬੱਦਲ ਜਿਹੜੇ
अज होए आ ते हुण जिहड़ी आपां दिखाउणी तुहानूं तीसरे नंबर ते इह तुहानूं गब्बन माई तुहानूं दिखाउणी आ सण इहदे इक करी लागे तां देख सकदे जी अगले पिछले सणां दा लगभग साइज़ इक्को जिहाई आ इह वी तैयार ही आ बहुता टाइम नहीं खड़ना इहने वी आ ले सण पिछे हवाना इहदा ਇਹਨੇ ਵੀ ਜੀ ਕਿੰਨਵਾਂ ਸੂਆ ਸੋਨਾ ਜੀ ਤੀਸਰਾ ਸੂਆ ਸੋਨਾ ਆ ਤੇ ਇਹ ਕਿੰਨਾ ਦੁੱਧ ਚਵਾ ਦੇਊਗੀ ਦੁੱਧ ਵੀ 11 12 ਗੱਲ ਚਾਏਗੀ 11 12 ਲੀਟਰ ਚਵਾ ਦੇਊਗੀ ਤੇ ਇਹਦੇ ਕਿੰਨੇ ਚ ਪਹੁੰਚ ਕਰ ਦੇਣੀ ਜੀ ਇਹ ਵੀ 60000 ਅੱਛਾ 60000 ਚ ਪਹੁੰਚ ਕਰ ਦੇ ਜੀ ਤੋਰ ਦਿਓ ਫਿਰ ਇਹਨਾਂ ਨੂੰ ਨਹੀਂ ਬੜੀ ਚੰਗੀ ਆ ਬਾਕੀ ਸੰਭੀ ਸੰਭੀ ਚੰਗੀ ਆ ਬੋਡੀ ਵੇ ਠੀਕ ਹੈ ਇਹਦਾ ਵੀ 11 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਤੇ 60000 ਤੇ ਜਿਹੜੀ ਕਹਿੰਦੇ ਕਿ ਅਸੀਂ ਪਹੁੰਚ ਆਪਾਂ ਕਰ ਦੇਾਂਗੇ बाकी जड़ियाँ गब्बना वा इत्थे आ के पास करके खड़ो ते जड़ियाँ सूईयां वा आ के अपनी तसली करके दो टाइम तीन टाइम चवाई करो जिहड़ा कोई नहीं वीर इत्थे आ सकदा दूर दा कोई वीर अपनी वीडियो कॉल ते चवा ले फोन ते सारयां कोल हुंदे ही आ ते हुण इक जिहड़ी आपां तुहानूं दिखावांगे चौथे नंबर ते माझे इक तुहानूं दिखाउणी आ ते वी सूई सवाई तुहानूं दिखाउणी आ ਸਣਾਂ ਦਾ ਸਾਈਜ਼ ਗੈਪ ਇਹਦਾ ਵੀ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਇਹ ਵੀਰ ਜੀ ਕਿੰਨਵਾਂ ਸੂਆ ਸੂਈ ਜੇ ਦੂਸਰਾ ਸੂਆ ਸੂਈ ਆ ਹਾਂਜੀ ਤੇ ਕਿੰਨਾ ਚਿਰ ਹੋਇਆ ਇਹਨੇ ਸੂਈ ਨੂੰ ਹਫ਼ਤਾ ਹੋ ਗਿਆ ਸੀ ਹਫ਼ਤਾ ਹੋ ਗਿਆ ਵਾ ਹਾਂਜੀ ਤੇ ਮੌਕੇ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋ 10 ਲੀਟਰ ਤਿਆਰ ਪੂਰਾ ਚਵਾ ਕੇ ਦਵਾਂਗੇ ਬਸ ਸੱਲੀ ਗੱਜੀ ਖੜੀ ਅੱਛਾ ਤੇ ਕਿੰਨਾ ਕੁ ਚਵਾ ਜੇ ਦੁੱਧ ਦੇ ਦੁੱਧ ਜੀ 12 ਕਿਲੋ ਚਵਾਏਗੀ 12 13 ਲੀਟਰ ਚਵਾਈ ਜਾਊਗੀ ਠੀਕ ਆ ਤੇ ਇਹਦਾ ਕੀ ਮੁੱਲ ਰੱਖਣਾ ਜੇ बच्चा वीर जी अंदर जी ए मगर जी कटी जी ठीक है जी ला जी हवाना जरा पिछे देख सकते जी एक करी जिहड़ी वीर जी हुण आपां माई दिखाई आ थण थुण पूरे ही आदे कोई वाद काट के कोई भी किसे पशु दी सारयां दे थण पूरे ही आ ठीक है जी ते हुण जिहड़ी आपां दिखाउणी इक एंड ते इक झोटी तुहानूं दिखाउणी आ चंगे कद काटती आ जिहड़ी इह वी ते हवाना इहदा पिछे इक वारी देख सकदे जी किन्नवां सूआ जी वीर जी इहदा दूसरा सूआ आ दुध मौके 9 लीटर चवा के दोगे बाकी उंज चेहरे ते भी सोहनी है ते कद काटती भी जिहड़ी काफी चंगी है ते हुण गावां जिहड़ियां तुहानूं दिखाउणियां वा हुण जिहड़ी इक आ तुहानूं जर्सी क्रॉस च इक बैठ तुहानूं दिखावांगे सूआ किन्नवां सूई वीर जी है पहला जी अच्छा पहला ही सूआ आ तोर दो इक करी फिर इहनूं किन्ना कु चिर होया सूई नूं इह कल दी सूई आ जी अच्छा जी कल दी सूई आ कुछ कुछ भला मैं जिहड़ियां हवाने ते हैगियां आ जिहड़ी वच्छी आ इहदी
बाकी जर्सी क्रॉस्ड आ, कांड हवाना जिहड़ा काफ़ी चंगा रखती है। साढ़े थाना का साइज गैप है एक करी लागे तो बाकी अजे सूआ जो पहला ही सूई है। अच्छा अच्छा किन्ना दुध चवा जूगी? तेरह चौदह लीटर चवा दूगी। एदा की मुल रखना फिर? अच्छा ये सैंती च पहुंच कर दोगे? ਉਂਝ ਠੰਡੀ ਤੇਰੀ ਆ? ਠੰਡੀ ਤੇਰੀ ਕੋਈ ਦੋ ਡੰਗ ਪੰਚੋ ਕੇ ਤਸੱਲੀ ਕਰਕੇ ਖੜੇ। ਠੀਕ ਆ ਜੀ, ਬਾਕੀ ਥਾਣਾ ਵਾਲਾ ਲੰਮਾ ਹੋਣੀ ਕਰਦੀ ਆ। ਠੀਕ ਆ, ਤੇ ਬਾਕੀ ਜਿਹੜੀ ਹੁਣ ਆਪਾਂ ਦੂਸਰੇ ਨੰਬਰ ਤੇ ਗਾਂ ਇੱਕ ਤੁਹਾਨੂੰ ਦਿਖਾਉਣੀ ਆ, ਭਾਰੇ ਪੱਲੇ ਦੀ ਗਾਂ ਆ ਜਿਹੜੀ ਇਹ ਵੀ, ਤੇ ਬਾਕੀ ਥਾਣਾ ਦਾ ਸਾਈਜ਼ ਇਹਦਾ ਵੀ ਇੱਕ ਰੀ ਲੱਗੇ ਤਾਂ ਦੇਖ ਸਕਦੇ ਜੀ। ਤੇ ਮਿਲ ਕੇ ਮੈਂ ਨਵੇਂ ਸੋਹਣੀ ਦਿਖੰਦੀ ਆ। ਕਿੰਨਾ ਸੂਆ ਸੋਨਾ ਵਿੱਦੀ ਨੇ? ਇਹਨੇ ਵੀ ਕਿਹਾ ਕਿ ਦੂਜਾ ਸੂਆ ਸੋਨਾ ਹੈ। ਦੂਸਰਾ ਸੂਆ ਸੋਨਾ ਆ। ਹਾਂਜੀ, ਕਿੰਨਾ ਦੁੱਧ ਚਵਾ ਦੂਗੀ ਇਹ? ਦੁੱਧ ਵਿੱਚ ਹੀ 20 ਕਿਲੋ। 20 ਲੀਟਰ ਚਵਾ ਦੂਗੀ ਇਹ? ਗਾਰੰਟੀ ਨਾਲ। ਅੱਛਾ, ਹਾਂਜੀ। ਤੇ ਟਾਈਮ ਕਿੰਨਾ ਖੜਦੀ ਜੀ ਸੋਨ ਚ? ਟਾਈਮ ਇਹਦਾ 27 ਤਰੀਕ ਨੂੰ 9 ਮਹੀਨੇ ਹੋਏ ਹੋਣੇ। ਅੱਛਾ, 27 ਤਰੀਕ ਨੂੰ। ਹਾਂਜੀ, ਇਹ ਮਤਲਬ ਕਿ 8-10 ਦਿਨ ਲੈ ਜਾਊਗੀ? ਲੈ ਜਾਊਗੀ। ਇਹ ਲੇਵਾ ਲੈ ਕੇ ਤੁਰ ਨਹੀਂ ਹੁੰਦਾ ਰਿਸ਼ਤੇਦਾਰਾਂ ਕੋਲ, 6 ਲੇਵਾ ਲੈ ਕੇ ਨਹੀਂ ਚੜਨ ਲੈ ਕੇ ਨਹੀਂ ਉਤਰਦਾ। ਅੱਛਾ, ਤੇ ਲਾਗ ਹੋ ਜਾਵੇ ਕੋਲ। ਇਹਦੇ ਕਿੰਨੇ ਚ ਪਹੁੰਚ ਕਰਨੀ ਫਿਰ? ਇਹਦੀ 50,000 ਚ। ਅੱਛਾ, ਇਹਦੀ 50 ਚ। ਹਾਂਜੀ, ਹੋ ਜੂ ਮਾਨ ਤਾਂ ਵਿੱਚ ਦੋ ਕਰ ਛੱਡ ਦਾਂਗੇ, 48,000 ਦੇ ਕਰ ਦਾਂਗੇ। ਠੀਕ ਹੈ ਜੀ, 25 ਇਹ ਕੋ ਕਰਾਂਗੇ। ਉਂਝ ਜਿਹੜਾ ਬੋਡੀ ਵੇਟ ਵੀ ਠੀਕ ਆ ਤੇ ਬੇਲ ਵੀ ਕਾਫੀ ਚੰਗੀ ਆ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੇ। ਲੈ ਜਾ ਵੀਰ ਜੀ, ਇੱਥੇ ਆਓ, ਆਪਣੀ ਪਾਸ ਕਰਕੇ ਆਪਣੀ ਸਮਝ ਦੇ ਹਿਸਾਬ ਨਾਲ ਖੜੋ। ਬਹਿਣੀ ਵਾਲੇ ਪਾਸੇ ਤਾਂ ਥਾਣੇ ਦੇ ਕਰੀ ਦੇਖ ਸਕਦੇ ਲਾਗੇ ਤੋਂ। ਤੇ ਥਣ ਥੁਣ ਵੀਰ ਜੀ ਇਹ ਤਾਂ ਓਕੇ ਹੀ ਆ ਸਾਰੇ? ਅੱਛਾ, ਪਾਸ ਕਰਕੇ ਖੜੇ ਹਨ? ਠੀਕ ਹੈ ਜੀ। ਅੱਛਾ ਠੀਕ ਹੈ, ਤੇ ਹੁਣ ਇੱਕ ਹੋਰ ਆ ਦਿਖਾਉਣੀ ਆਪਾਂ ਜਿਹੜੀ ਦੱਸੀਏ ਵੀਰ ਜੀ ਇਹਦੇ ਬਾਰੇ ਵੀ। ਅੱਛਾ, ਦੂਸਰਾ ਸੂਆ ਹੀ ਸੋਨਾ ਵਾ ਇਹਨੇ? ਇਹ ਕਿੰਨਾ ਦੁੱਧ ਚਵਾ ਦੋ? 20 ਕਿਲੋ ਚਵਾਏਗੀ ਬੈਠ ਦੋ, ਬਾਕੀ ਇਹ ਢਲਾ ਆਪਣੀਆਂ 5-6 ਦਿਨ ਬੈਠਣ ਦੇ ਰਹਿਣੇ ਆ। ਠੀਕ ਹੈ, ਬਣੀ ਵੇਖੋ ਕਦਾਂ ਜੇ ਇਹ ਨੀਂਦ ਬੈਠ ਹੁੰਦੀ। ਖੋਲੋ ਹਾਂ ਫਿਰ ਤੋਰ ਦੀ ਇੱਕ ਦਿਨ, ਬਾਕੀ ਅਜੇ ਟਾਈਮ ਲੈ ਜਾਊਗੀ ਸੋਣ 'ਚ ਵੀ ਥੋੜ੍ਹਾ ਜਿਹਾ। ਹਵਾਨਾ ਜਿਹੜਾ ਕਾਫੀ ਚੰਗਾ ਤਿਆਰ ਕਰਨ ਦੀ ਹੈ। ਦੁੱਧ 20 ਲੀਟਰ ਜਿਹੜਾ ਕਹਿੰਦੇ ਕਿ ਚਵਾ ਜਾਊਗੀ ਹੈਗੀ ਜਿਹੜੀ ਸਾਹੀਵਾਲ ਕਰੋਸ 'ਚ ਆ। ਲੈ ਆ ਵੀਰ ਜੀ, ਬਾਕੀ ਫੈਟ ਵੀ ਇਹਦੀ ਜਿਹੜੀ ਕਾਫੀ ਚੰਗੀ ਆਈ ਜਾਊਗੀ। ਤੇ ਇਹਦਾ ਕੀ ਫਿਰ ਮੁੱਲ ਰੱਖਣਾ ਵੀਰ ਜੀ? ਪਸ਼ੂ ਜਿਹੜੇ ਵੀਰ ਜੀ ਹੋਣਾ ਨੇ ਜਿਹੜੇ 6-7 ਪਕਾਊ ਕੀਤੇ 8 ਦੇ ਕਰੀਬ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝ ਦੇ ਹਿਸਾਬ ਨਾਲ ਆਪਣੀ ਜ਼ਿੰਮੇਵਾਰੀ ਤੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।